ਇੱਕ ਨਗਰ ਦੇ ਵਿੱਚ ਇੱਕ ਦਰਖਤ ਦੇ ਉੱਪਰ ਮੋਰ ਅਤੇ ਮੋਰਨੀ ਰਹਿੰਦੇ ਸੀ। ਇੱਕ ਦਿਨ ਮੋਰਨੀ ਕਹਿਣ ਲੱਗੀ ਕਿ ਮੈਨੂੰ ਕਿਰਪਾ ਕਰਕੇ ਕੋਈ ਕਹਾਣੀ ਸੁਣਾਓ। ਉਸ ਵਕਤ ਮੋਰ ਨੇ ਇੱਕ ਕਹਾਣੀ ਸੁਣਾਈ ਜਿਹੜੀ ਕਹਾਣੀ ਸਾਡੀ ਸੋਚ ਅਤੇ ਜ਼ਿੰਦਗੀ ਨੂੰ ਬਦਲ ਸਕਦੀ ਆ। ਇੱਕ ਛੋਟੀ ਜਿਹੀ ਕਹਾਣੀ ਕਈ ਵਾਰ ਸਾਡੀ ਜ਼ਿੰਦਗੀ ਬਦਲ ਦਿੰਦੀ ਆ। ਮੋਰ ਨੇ ਕਹਾਣੀ ਸੁਣਾਈ, ਸੇਠ ਕਿਸੇ ਇੱਕ ਨਗਰ ਵਿੱਚ ਰਹਿੰਦਾ ਸੀ। ਉਹਦੇ ਘਰ ਰੱਬ ਨੇ ਉਹਨੂੰ ਇੱਕ ਧੀ ਦੀ ਦਾਤ ਦਿੱਤੀ। ਉਹ ਬਹੁਤ ਖੁਸ਼ ਸੀਗਾ ਕਿ ਰੱਬ ਨੇ ਮੈਨੂੰ ਧੀ ਦੀ ਦਾਤ ਦਿੱਤੀ ਹੈ। ਉਹ ਆਪਣੇ ਜਿੱਥੇ ਪੁੱਤਰਾਂ ਨੂੰ ਪਿਆਰ ਕਰਦਾ ਸੀ, ਧੀ ਨੂੰ ਵੀ ਬਹੁਤ ਪਿਆਰ ਕਰਦਾ ਸੀ। ਉਹਨੇ ਆਪਣੀ ਧੀ ਦੀ ਹਰ ਇੱਕ ਇੱਛਾ ਪੂਰੀ ਕੀਤੀ। ਜੋ ਜੋ ਵੀ ਉਹਦੀ ਪੁੱਤਰੀ ਨੇ ਮੰਗਿਆ, ਉਹਨੇ ਹਰ ਚੀਜ਼ ਉਹਨੂੰ ਦੇ ਦਿੱਤੀ। ਅਕਸਰ ਕੀ ਹੁੰਦਾ, ਲਾਡਲੇ ਜਿਹੜੇ ਹੁੰਦੇ ਆ ਵਿਗੜ ਜਾਂਦੇ ਆ। ਹੌਲੀ ਹੌਲੀ ਬੱਚੀ ਵੱਡੀ ਹੋਈ, ਨਿੱਕੀ ਨਿੱਕੀ ਗੱਲ 'ਤੇ ਉਹ ਰੁੱਸ ਜਾਂਦੀ ਸੀ, ਨਿੱਕੀ ਨਿੱਕੀ ਗੱਲ 'ਤੇ ਉਹ ਰੋਣ ਲੱਗ ਜਾਂਦੀ ਸੀ। ਇਸ ਤਰ੍ਹਾਂ ਸਮਾਂ ਬੀਤਦਾ ਗਿਆ, ਉਹ ਜਵਾਨ ਹੋ ਗਈ। ਹੁਣ ਜਦੋਂ ਲੜਕੀ ਜਵਾਨ ਹੋ ਗਈ ਤਾਂ ਉਹਦੇ ਵਿਆਹ ਦਾ ਫਿਕਰ ਵੀ ਹੋਣ ਲੱਗਾ, ਕਿਉਂਕਿ ਇਹ ਇੱਕ ਰੀਤ ਆ ਸਮਾਜ ਦੀ ਕਿ ਰਾਜੇ ਵੀ ਆਪਣੀਆਂ ਲੜਕੀਆਂ ਨੂੰ ਆਪਣੇ ਪਾਸ ਨਹੀਂ ਰੱਖ ਸਕਦੇ, ਉਹਨਾਂ ਨੂੰ ਵੀ ਉਹਨਾਂ ਦਾ ਵਿਆਹ ਕਰਨਾ ਪੈਂਦਾ। ਇਸ ਕਰਕੇ ਸਾਨੂੰ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣੇ ਚਾਹੀਦੇ ਆ। ਉਹਨਾਂ ਨੂੰ ਉੱਠਣਾ ਬੈਠਣਾ, ਸਲੀਕਾ ਸਿਖਾਉਣਾ ਚਾਹੀਦਾ ਵੀ ਜਦੋਂ ਅੱਗੇ ਘਰ ਜਾਣ ਸਾਡੀਆਂ ਧੀਆਂ ਤਾਂ ਉਹਨਾਂ ਨੂੰ ਸਾਰੀ ਮਰਿਆਦਾ ਦਾ ਪਤਾ ਹੋਵੇ। ਤਾਂ ਇਹ ਜਿਹੜੀ ਬੱਚੀ ਸੀ, ਬਹੁਤੀ ਲਾਡਲੀ ਸੀ ਸੇਠ ਦੀ, ਇਹਨੇ ਉਹਦਾ ਚੰਗਾ ਘਰ ਦੇਖ ਕੇ ਵਿਆਹ ਕਰ ਦਿੱਤਾ। ਜਦੋਂ ਵਿਆਹ ਕੀਤਾ, ਵਿਆਹ ਹੋਏ ਨੂੰ ਹਜੇ 5 ਦਿਨ ਹੀ ਹੋਏ ਆ, ਲੜਕੀ ਨੇ ਆਪਣੇ ਪਿਤਾ ਜੀ ਨੂੰ ਚਿੱਠੀ ਲਿਖੀ, ਕਿਉਂਕਿ ਜ਼ਮਾਨਾ ਉਦੋਂ ਚਿੱਠੀਆਂ ਦਾ ਸੀ, ਆ ਟੈਲੀਫੋਨ ਨਹੀਂ ਸੀ ਹੁੰਦੇ। ਚਿੱਠੀ ਦੇ ਵਿੱਚ ਲਿਖਿਆ, ਪਿਤਾ ਜੀ, ਤੁਸੀਂ ਮੈਨੂੰ ਕਿੱਥੇ ਵਿਆਹ ਦਿੱਤਾ? ਮੈਂ ਤਾਂ ਇੱਥੇ ਬੜੀ ਮੁਸ਼ਕਲ ਦੇ ਨਾਲ ਰਹਿ ਰਹੀ ਹਾਂ, ਇਹ ਤਾਂ ਨਰਕ ਭਰੀ ਜ਼ਿੰਦਗੀ ਆ, ਆ 5 ਦਿਨਾਂ ਵਿੱਚ ਇਹਨਾਂ ਨੇ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ। ਸੇਠ ਨੇ ਉਹ ਚਿੱਠੀ ਪੜ੍ਹੀ ਅਤੇ ਉਹ ਆਪਣੀ ਲੜਕੀ ਵੱਲ, ਕਿਉਂਕਿ ਲਾਡਲੀ ਸੀ ਨਾ, ਅਤੇ ਬੱਚੀ ਵੱਲ ਗਿਆ ਅਤੇ ਉਹਦੇ ਸਹੁਰੇ ਘਰ ਦੇ ਵੱਲ ਤੁਰਨਾ ਸ਼ੁਰੂ ਕੀਤਾ। ਚੱਲਦਾ ਚੱਲਦਾ ਉੱਥੇ ਪਹੁੰਚਿਆ, ਸਭ ਤੋਂ ਪਹਿਲਾਂ ਬੂਹੇ ਵਿੱਚ ਦਰਵਾਜ਼ੇ ਵਿੱਚ ਜਾ ਕੇ ਦੇਖਿਆ ਕਿ ਉਹਦੀ ਸੱਸ ਬੈਠੀ ਆ, ਅਤੇ ਉਹਨੇ ਵੀ ਠੀਕ ਢੰਗ ਨਾਲ ਬੁਲਾਇਆ ਨਹੀਂ ਸੇਠ ਨੂੰ। ਭਾਵੇਂ ਸੇਠ ਨੇ ਸਤਿ ਸ਼੍ਰੀ ਅਕਾਲ ਬੁਲਾਈ, ਪਰ ਉਹ ਬੋਲੇ ਨਹੀਂ। ਨਾ ਤਾਂ ਉਹਦੀ ਬੱਚੀ ਦਾ ਸਹੁਰਾ ਬੋਲਿਆ, ਨਾ ਸੱਸ ਬੋਲੀ, ਨਾ ਜੇਠ ਬੋਲਿਆ। ਫਿਰ ਇਸ ਤਰ੍ਹਾਂ ਅੱਗੇ ਅੱਗੇ ਲੰਘਦਾ ਹੋਇਆ ਉਹ ਆਪਣੇ ਜਵਾਈ ਕੋਲ ਚਲਾ ਗਿਆ। ਉੱਥੇ ਜਦੋਂ ਗਿਆ, ਉਹ ਕਹਿਣ ਲੱਗਾ, ਦੇਖੋ ਜੀ, ਤੁਸੀਂ ਆਪਣੀ ਲੜਕੀ ਨੂੰ ਲੈ ਜਾਓ, ਮੈਂ ਇਹਦੇ ਨਾਲ ਨਹੀਂ ਰਹਿ ਸਕਦਾ। ਤੁਸੀਂ ਜੋ ਵੀ ਤੁਹਾਡਾ ਹਿਸਾਬ ਕਿਤਾਬ ਆ, ਖਰਚਾ ਹੋਇਆ, ਉਹ ਵੀ ਅਸੀਂ ਦੇ ਦੇਵਾਂਗੇ। ਜਿਸ ਤਰ੍ਹਾਂ ਰਿਸ਼ਤਿਆਂ ਵਿੱਚ ਜਦੋਂ ਵਿਗਾੜ ਹੁੰਦਾ, ਲੋਕ ਗੱਲਾਂ ਕਰਦੇ ਆ, ਉੱਦਾਂ ਉੱਥੇ ਗੱਲਾਂ ਹੋਈਆਂ ਸਾਰੀਆਂ। ਸੇਠ ਨੇ ਆਪਣੀ ਪੁੱਤਰੀ ਨੂੰ ਫਿਰ ਕਿਹਾ, ਤੂੰ ਚੱਲ। ਉਹਨੇ ਉੱਥੋਂ ਉਹਨੂੰ ਵਸਾਉਣ ਦੀ ਕੋਈ ਗੱਲ ਨਹੀਂ ਕੀਤੀ, ਆਖਿਆ, ਚੱਲ, ਤੂੰ ਜੇ ਦੁਖੀ ਆ, ਇਹ ਵੀ ਤੈਨੂੰ ਰੱਖਣਾ ਨਹੀਂ ਚਾਹੁੰਦੇ, ਤੂੰ ਮੇਰੇ ਨਾਲ ਚੱਲ। ਲੜਕੀ ਉਹਦੀ ਧੀ ਜਿਹੜੀ ਸੀ ਤਿਆਰ ਹੋ ਗਈ। ਰਸਤੇ ਵਿੱਚ ਆਉਂਦੇ ਆਉਂਦੇ ਸੇਠ ਆਪਣੀ ਪੁੱਤਰੀ ਨੂੰ ਪੁੱਛਦਾ, ਤੇਰੀ ਸੱਸ ਦਾ ਸੁਭਾਅ ਕਿੱਦਾਂ ਦਾ? ਉਹ ਕਹਿੰਦੀ, ਉਹ ਤਾਂ ਡੈਣ ਤੋਂ ਵੀ ਭੈੜੀ ਆ। ਫਿਰ ਪੁੱਛਿਆ, ਸਹੁਰਾ ਤੇਰਾ ਕਿੱਦਾਂ ਦਾ? ਕਹਿਣ ਲੱਗੀ, ਉਹ ਤਾਂ ਬਹੁਤ ਜ਼ਾਲਮ ਆ। ਅਤੇ ਆਖਿਆ, ਜੇਠ? ਕਹਿਣ ਲੱਗੀ, ਉਹ ਧਰਮਰਾਜ ਦੇ ਸਮਾਨ ਆ, ਜਿਹੜਾ ਸਜ਼ਾ ਦਿੰਦਾ, ਨਰਕਾਂ 'ਚ ਸੁੱਟਦਾ। ਫਿਰ ਆਖਿਆ, ਤੇਰਾ ਘਰ ਵਾਲਾ ਕਿੱਦਾਂ ਦਾ ਤੈਨੂੰ ਲੱਗਦਾ? ਕਹਿੰਦੀ, ਉਹ ਜਮਦੂਤਾਂ ਵਰਗਾ ਮੈਨੂੰ ਲੱਗਦਾ। ਅਤੇ ਫਿਰ ਸੇਠ ਨੇ ਪੁੱਛਿਆ, ਤੇਰੀ ਨਨਾਣ ਤੈਨੂੰ ਕਿੱਦਾਂ ਦੀ ਲੱਗਦੀ ਆ? ਉਹਨੇ ਆਖਿਆ, ਮੈਨੂੰ ਚੜੇਲਾਂ ਵਰਗੀ ਲੱਗਦੀ ਆ। ਸੇਠ ਨੇ ਕਿਹਾ, ਚੱਲ, ਇਹ ਤਾਂ ਤੇਰੇ ਘਰ ਦੇ ਮੈਂਬਰ ਸੀ ਜਿਨ੍ਹਾਂ ਵਿੱਚ ਤੈਨੂੰ ਵਿਆਹ ਕੇ ਭੇਜਿਆ ਸੀਗਾ, ਬਾਕੀ ਆਂਢ ਗੁਆਂਢ ਕਿੱਦਾਂ ਦਾ, ਇਹ ਪਿੰਡ ਦਾ ਮਾਹੌਲ ਕਿੱਦਾਂ ਦਾ? ਕਹਿਣ ਲੱਗੀ, ਇੱਥੇ ਸਾਰੇ ਹੀ ਭੂਤਾਂ ਵਰਗੇ ਆ, ਮੈਨੂੰ ਬਿਲਕੁਲ ਵੀ ਚੰਗੇ ਨਹੀਂ ਲੱਗਦੇ। ਸੇਠ ਨੇ ਹੋਰ ਵੀ ਆਸੇ ਪਾਸੇ ਕਈ ਲੋਕਾਂ ਬਾਰੇ ਪੁੱਛਿਆ, ਪਰ ਉਹਦੀ ਧੀ ਨੇ ਸਾਰਿਆਂ ਨੂੰ ਹੀ ਮਾੜਾ ਕਿਹਾ। ਸੇਠ ਸੋਚਣ ਲੱਗਾ ਰਸਤੇ ਵਿੱਚ ਆਉਂਦਾ ਆਉਂਦਾ
ਕਿ ਇੱਕ ਜਣਾ ਮਾੜਾ ਹੋ ਸਕਦਾ, ਦੋ ਜਣੇ, ਸਾਰੇ ਤਾਂ ਮਾੜੇ ਹੋ ਨਹੀਂ ਸਕਦੇ। ਸੇਠ ਫਿਰ ਦਿਮਾਗ ਨਾਲ ਸੋਚਣ ਲੱਗਾ ਕਿ ਮੇਰੀ ਧੀ ਨੂੰ ਕੋਈ ਪਸੰਦ ਨਹੀਂ ਆ ਰਿਹਾ। ਚਲੋ ਹਰ ਬੰਦੇ ਦੇ ਵਿੱਚ ਔਗਣ ਹੁੰਦੇ ਨੇ ਪਰ ਗੁਣ ਵੀ ਹੁੰਦੇ ਨੇ, ਇਹਨੂੰ ਕਿਸੇ ਵਿੱਚ ਕੋਈ ਗੁਣ ਨਜ਼ਰ ਹੀ ਨਹੀਂ ਆਇਆ ਉੱਥੇ, ਕਮਾਲ ਦੀ ਗੱਲ ਹੋ ਗਈ। ਚਲੋ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਆਪਣੀ ਧੀ ਨੂੰ ਲੈ ਕੇ ਸੇਠ ਘਰੇ ਪਹੁੰਚ ਗਿਆ। ਇਹ ਜਿਹੜੀ ਕਹਾਣੀ ਆ ਮੋਰ ਸੁਣਾ ਰਿਹਾ ਅਤੇ ਮੋਰਨੀ ਬੜੇ ਧਿਆਨ ਦੇ ਨਾਲ ਸੁਣ ਰਹੀ ਆ, ਹੰਗਾਰੇ ਵੀ ਦੇ ਰਹੀ ਆ। ਜਦੋਂ ਘਰੇ ਪਹੁੰਚ ਗਏ ਉਸ ਵਕਤ ਉਹਦੀ ਮਾਂ ਨੇ ਵੀ, ਉਹਦੇ ਭਰਾ ਨੇ ਵੀ ਅਤੇ ਉਹਦੀ ਭਾਬੀ ਨੇ ਵੀ ਉਹਨੂੰ ਠੀਕ ਢੰਗ ਦੇ ਨਾਲ ਬੁਲਾਇਆ ਨਹੀਂ। ਫਿਰ ਉਹ ਕਹਿਣ ਲੱਗੀ, ਮੈਨੂੰ ਕੋਈ ਚੰਗੀ ਤਰ੍ਹਾਂ ਬੁਲਾ ਕਿਉਂ ਨਹੀਂ ਰਿਹਾ? ਕਹਿਣ ਲੱਗੇ, ਤੈਨੂੰ ਵਿਆਹ ਕੇ ਤੋਰਿਆ ਸੀ ਅਤੇ ਉੱਥੇ ਠੀਕ ਢੰਗ ਦੇ ਨਾਲ ਉਹਨਾਂ ਨਾਲ ਬੋਲ ਬਾਣੀ ਨਹੀਂ ਰੱਖੀ ਹੋਣੀ, ਤਾਂ ਹੀ ਤੁਹਾਡੇ 'ਚ ਵਿਗਾੜ ਹੋ ਗਿਆ। ਫਿਰ ਕਹਿਣ ਲੱਗੀ, ਮੈਂ ਇੱਥੋਂ ਹੀ ਘਰੋਂ ਗਈ ਹਾਂ, ਅੱਜ ਤੁਸੀਂ ਮੇਰੇ ਨਾਲ ਠੀਕ ਢੰਗ ਨਾਲ ਬੋਲ ਨਹੀਂ ਰਹੇ। ਉਹਨੇ ਆਪਣੀ ਮਾਂ ਤੋਂ ਵੀ ਪੁੱਛਿਆ। ਫਿਰ ਇਸ ਤਰ੍ਹਾਂ ਥੋੜ੍ਹੀ ਉਦਾਸ ਹੋ ਗਈ, ਸੋਚਿਆ ਚਲੋ ਮੈਂ ਆਪਣੀਆਂ ਸਹੇਲੀਆਂ ਨੂੰ ਮਿਲ ਆਉਂਦੀ ਹਾਂ। ਜਦੋਂ ਸਹੇਲੀਆਂ ਨੂੰ ਮਿਲਣ ਜਾਂਦੀ ਆ ਸੇਠ ਦੀ ਧੀ, ਉਹ ਪੁੱਛਦੀਆਂ ਨੇ, ਤੇਰਾ ਪਤੀ ਤੇਰੇ ਨਾਲ ਨਹੀਂ ਆਇਆ ਜਾਂ ਉਹ ਸਹੁਰੇ ਪਰਿਵਾਰ 'ਚੋਂ ਕੋਈ ਤੇਰੇ ਨਾਲ ਨਹੀਂ ਆਇਆ? ਉਹ ਇਹੀ ਗੱਲਾਂ ਕਰੀ ਜਾਂਦੇ ਨੇ। ਫਿਰ ਉਹ ਨਿਰਾਸ਼ ਹੋ ਕੇ ਉੱਥੋਂ ਵਾਪਸ ਆਉਂਦੀ ਆ। ਅਗਲੀ ਸਵੇਰ ਗੁਰਦੁਆਰਾ ਸਾਹਿਬ ਜਾਂਦੀ ਆ, ਉੱਥੇ ਵੀ ਲੋਕ ਗੱਲਾਂ ਕਰਦੇ ਨੇ ਕਿਉਂਕਿ ਬਹੁਤੇ ਲੋਕ ਗੁਰਦੁਆਰਾ ਸਾਹਿਬ ਮੱਥਾ ਟੇਕਣ ਨਹੀਂ ਆਉਂਦੇ, ਚੁਗਲੀਆਂ ਕਰਨ ਹੀ ਆਉਂਦੇ ਆ। ਲੋਕ ਕਹਿੰਦੇ ਨੇ ਵਿਆਹ ਤੋਂ ਇੰਨੀ ਛੇਤੀ ਵਾਪਸ ਆ ਗਈ, ਲੱਗਦਾ ਇਹਦਾ ਤਲਾਕ ਹੁਣ ਜਲਦੀ ਹੋ ਜੂਗਾ, ਵੀ ਇਹਦਾ ਸਹੁਰਾ ਨਹੀਂ ਇਹਦੇ ਨਾਲ ਦਿਸ ਰਿਹਾ, ਸੱਸ ਨਹੀਂ ਦਿਸ ਰਹੀ, ਇਹਦਾ ਘਰ ਵਾਲਾ ਨਹੀਂ ਦਿਸ ਰਿਹਾ, ਕਿੱਧਰ ਗਏ ਬਾਕੀ ਮੈਂਬਰ ਉਹ ਸਾਰੇ, ਤਾਂ ਇਹਦਾ ਤਾਂ ਤਲਾਕ ਹੋਊਗਾ ਸੇਠ ਦੀ ਧੀ ਦਾ। ਉਹ ਬੀਬੀਆਂ ਮੂੰਹ ਜੋੜ ਕੇ ਇੱਦਾਂ ਗੱਲਾਂ ਕਰਦੀਆਂ ਨੇ, ਇਹਨੂੰ ਇੱਕ ਅੱਧੀ ਗੱਲ ਸੁਣ ਜਾਂਦੀ ਆ, ਇਹ ਉੱਥੋਂ ਵੀ ਨਿਰਾਸ਼ ਹੋ ਕੇ ਘਰ ਵਾਪਸ ਆ ਜਾਂਦੀ ਆ। ਫਿਰ ਸੇਠ ਵੀ ਸੋਚਦਾ ਵੀ ਮੈਂ ਆਪਦੇ ਲਾਡਾਂ ਦੇ ਨਾਲ ਇਹਨੂੰ ਜ਼ਿਆਦਾ ਹੀ ਵਿਗਾੜ ਲਿਆ। ਉੱਧਰੋਂ ਸੇਠ ਦੀ ਧੀ ਵੀ ਮਹਿਸੂਸ ਕਰਦੀ ਹੈ ਇਹ ਗੱਲ ਕਿ ਹੁਣ ਮੈਂ ਸਹੁਰੇ ਪਰਿਵਾਰ ਤੋਂ ਜਦੋਂ ਆਈ ਹਾਂ, ਭਾਵੇਂ 5-6 ਦਿਨ ਮੈਂ ਉੱਥੇ ਰਹੀ ਹਾਂ, ਪਰ ਮੇਰੇ ਨਾਲ ਕੋਈ ਪੇਕੇ ਪਰਿਵਾਰ ਵਿੱਚ ਵੀ ਠੀਕ ਢੰਗ ਨਾਲ ਗੱਲ ਨਹੀਂ ਕਰਦਾ, ਮੈਂ ਆਪਣੇ ਪਿਤਾ ਦਾ ਸਿਰ ਵੀ ਰਿਸ਼ਤੇਦਾਰਾਂ ਵਿੱਚ ਨੀਵਾਂ ਕਰਤਾ, ਥੋੜ੍ਹਾ ਮਹਿਸੂਸ ਕਰਦੀ ਆ। ਪਰ ਉਹ ਲਾਡਾਂ ਦੇ ਵਿੱਚ ਪਲੀ ਹੋਈ ਆ, ਇੱਕ ਰਾਜਕੁਮਾਰੀ ਵਾਂਗੂ ਸੇਠ ਨੇ ਉਹਨੂੰ ਰੱਖਿਆ ਵਾ, ਉਹਨੂੰ ਉੱਥੇ ਰਹਿਣਾ ਨਹੀਂ ਆਉਂਦਾ। ਫਿਰ ਸੇਠ ਨੇ ਇੱਕ ਦਿਨ ਬੜੇ ਪਿਆਰ ਨਾਲ ਬਿਠਾ ਲਿਆ ਆਪਣੀ ਧੀ ਰਾਣੀ ਨੂੰ, ਕਹਿਣ ਲੱਗੇ, ਦੇਖੋ ਜੀ ਹੁਣ ਤੂੰ ਦੇਖ ਲਿਆ ਨਾ, ਤੂੰ ਸਹੁਰੇ ਪਰਿਵਾਰ ਵਿੱਚ ਵੱਸ ਨਹੀਂ ਸਕੀ, ਇੱਥੇ ਪੇਕੇ 'ਚ ਵੀ ਤੇਰੀ ਭਾਬੀ ਵੀ ਤੇਰੀ ਇੱਜ਼ਤ ਕਰਨ ਨੂੰ ਹਟ ਗਈ ਆ, ਤੇਰਾ ਭਰਾ ਵੀ ਤੇਰੇ ਨਾਲ ਠੀਕ ਢੰਗ ਨਾਲ ਨਹੀਂ ਬੋਲਦਾ, ਤੇਰੀ ਮਾਂ ਦਾ ਰੁੱਖ ਵੀ ਤੇਰੇ ਨਾਲ ਬਦਲ ਗਿਆ, ਪਰ ਮੈਂ ਤੇਰੇ ਨਾਲ ਉਵੇਂ ਹੀ ਖੜਾਂ। ਇੱਥੇ ਆਪਣੇ ਨਗਰ ਵਿੱਚ ਕੋਈ ਮਹਾਂਪੁਰਖ ਰਹਿੰਦੇ ਨੇ, ਮੈਂ ਉਹਨਾਂ ਕੋਲ ਤੇਰੀ ਸਮੱਸਿਆ ਰੱਖੀ ਸੀ ਕਿ ਇਸ ਤਰ੍ਹਾਂ ਇਹ ਗੱਲ ਹੋਈ ਆ। ਉਹ ਕਹਿਣ ਲੱਗੇ, ਦੋ ਗੱਲਾਂ ਜੇ ਤੇਰੀ ਧੀ ਯਾਦ ਰੱਖ ਲਏਗੀ ਫਿਰ ਤਾਂ ਉਹ ਆਪਣੇ ਸਹੁਰੇ ਪਰਿਵਾਰ ਨੂੰ ਵੀ ਮੁੱਠੀ ਵਿੱਚ ਕਰ ਲਵੇਗੀ, ਪੇਕਾ ਪਰਿਵਾਰ ਵੀ ਉਹਦੀ ਇੱਜ਼ਤ ਕਰੇਗਾ, ਜਿਹੜੇ ਰਿਸ਼ਤੇ ਟੁੱਟੇ ਵੇ ਆ ਉਹ ਮੁੜ ਤੋਂ ਠੀਕ ਹੋ ਜਾਣਗੇ। ਮਹਾਂਪੁਰਖਾਂ ਨੇ ਦੋ ਚੀਜ਼ਾਂ ਕਰਨ ਲਈ ਕਿਹਾ, ਉਹ ਜੇ ਤੂੰ ਮੈਨੂੰ ਕਹੇ ਤਾਂ ਮੈਂ ਤੈਨੂੰ ਦੱਸ ਸਕਦਾ। ਸੇਠ ਨੇ ਫਿਰ ਇਹ ਗੱਲ ਜਦੋਂ ਕਹੀ, ਉਹਦੀ ਧੀ ਬੜੀ ਖੁਸ਼ ਹੋ ਗਈ ਇਹ ਗੱਲ ਸੁਣ ਕੇ ਕਿ ਮੈਂ ਮੁੱਠੀ 'ਚ ਕਰ ਲੂੰਗੀ ਇਹ, ਕਿਉਂਕਿ ਉਹਦੇ ਅੰਦਰ ਸੀਗਾ ਵੀ ਸਾਰੇ ਮੇਰੇ ਅਧੀਨ ਹੋਣ। ਫਿਰ ਉਹਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਆ, ਮਹਾਂਪੁਰਖਾਂ ਨੇ ਜਿਹੜੀ ਕਹੀ ਆ ਕਿ 90 ਦਿਨ ਤੂੰ ਕਿਸੇ ਨੂੰ ਕੁਝ ਨਹੀਂ ਕਹਿਣਾ, ਕੋਈ ਤੈਨੂੰ ਜੋ ਮਰਜ਼ੀ ਕਹੀ ਜਾਵੇ ਤੂੰ ਕਿਸੇ ਦੀ ਗੱਲ ਦਾ ਕੋਈ ਜਵਾਬ ਨਹੀਂ ਦੇਣਾ, ਜੇ ਤੂੰ 90 ਦਿਨ ਚੁੱਪ ਕਰਕੇ ਕੱਟ ਲਵੇਂਗੀ ਸਾਰੇ ਤੇਰੇ ਵੱਸ 'ਚ ਹੋ ਜਾਣਗੇ, ਸਾਰੇ ਤੇਰੀ ਮੁੱਠੀ 'ਚ ਆ ਜਾਣਗੇ, ਪਰ 90 ਦਿਨ ਤੂੰ ਕੁਝ ਨਹੀਂ ਬੋਲਣਾ। ਇਸ ਤਰ੍ਹਾਂ ਪਿਤਾ ਨੇ ਜਦੋਂ ਕਿਹਾ ਤਾਂ ਕਹਿੰਦੇ ਉਹਨਾਂ ਨੇ ਕਹਿਤਾ ਵੀ ਇੱਕ ਮੰਤਰ ਵੀ ਦਿੱਤਾ ਪੜ੍ਹਨ ਨੂੰ, ਚਲੋ ਮੰਤਰ ਮੈਂ ਪੜ੍ਹ ਲਿਆ ਕਰੂੰਗਾ ਅਤੇ 90 ਦਿਨ ਤੂੰ ਚੁੱਪ ਰਹੀਂ, ਇੰਨਾ ਕਰ ਲਈ, ਇਹ ਸੰਤਾਂ ਨੇ ਕਿਹਾ ਸੀ ਕਰਨ ਵਾਸਤੇ। ਤਾਂ ਉਹ ਫਿਰ ਇਹ ਸਾਰੀ ਗੱਲ ਸਮਝਾ ਕੇ ਸੇਠ ਨੇ ਆਪਣੀ ਧੀ ਨੂੰ ਤਿਆਰ ਕਰ ਲਿਆ, ਉਹਨੇ ਕੱਪੜੇ ਆਪਦੇ ਬੰਨ੍ਹ ਲਏ
ਤੇ ਫਿਰ ਸੇਠ ਉਹਨੂੰ ਕਹਿਣ ਲੱਗਾ, ਹੁਣ ਮੈਂ ਤੈਨੂੰ ਸਹੁਰੇ ਪਰਿਵਾਰ ਵਿੱਚ ਛੱਡ ਕੇ ਆਵਾਂਗਾ, ਉੱਥੇ 90 ਦਿਨ ਰਹਿ ਕੇ ਤੈਨੂੰ ਇਹ ਸਭ ਕੁਝ ਕਰਨਾ ਪਊਗਾ, ਫੇਰ ਹੀ ਤੇਰੇ ਵੱਸ 'ਚ ਆਉਣਗੇ। ਬੜੀ ਖੁਸ਼ੀ ਖੁਸ਼ੀ ਉਹ ਤਿਆਰ ਹੋ ਜਾਂਦੀ ਆ ਅਤੇ ਸਾਰਾ ਸਮਾਨ ਬੰਨ੍ਹ ਲਿਆ। ਜਦੋਂ ਉਹਦੀ ਮਾਂ, ਉਹਦਾ ਪਿਤਾ ਅਤੇ ਉਹਦਾ ਭਰਾ ਅਤੇ ਉਹਦੀ ਭਾਬੀ ਸਾਰੇ ਖੁਸ਼ੀ ਖੁਸ਼ੀ ਉਹਨੂੰ ਆਖਦੇ ਆ ਕਿ ਹੁਣ ਤੂੰ ਉੱਥੇ ਜਾ ਕੇ ਰਹਿ, ਸਾਰੇ ਖੁਸ਼ ਹੋ ਜਾਂਦੇ ਨੇ ਕਿ ਇਹਦਾ ਘਰ ਵਸਣ ਲੱਗਾ। ਉਹ ਸੇਠ ਫਿਰ ਆਪਣੀ ਧੀ ਨੂੰ ਲੈ ਕੇ ਉਹਦੇ ਸਹੁਰੇ ਪਰਿਵਾਰ ਵਿੱਚ ਪਹੁੰਚਦਾ। ਉਹ ਬੜੇ ਹੈਰਾਨ ਹੋ ਜਾਂਦੇ ਆ ਕਿ ਥੋੜ੍ਹੇ ਦਿਨ ਪਹਿਲਾਂ ਹੀ ਅਸੀਂ ਇਹਨਾਂ ਨੂੰ ਤੋਰਿਆ ਸੀ, ਫਿਰ ਆ ਗਏ। ਗੁੱਸੇ 'ਚ ਬੋਲਦੇ ਆ ਕਿ ਅਸੀਂ ਨਹੀਂ ਰੱਖਣਾ ਇਹਨੂੰ, ਪਰ ਸੇਠ ਆਖਦਾ, ਦੇਖੋ ਜੀ ਇਹ ਬੱਚੇ ਹਨ, ਬੱਚਿਆਂ ਤੋਂ ਗਲਤੀ ਹੋ ਹੀ ਜਾਂਦੀ ਆ, ਕਿ ਤੁਸੀਂ ਵੱਡੇ ਹੋ, ਇਹਨਾਂ ਦੀ ਗਲਤੀ ਮਾਫ਼ ਨਹੀਂ ਕਰ ਸਕਦੇ। ਇੱਕ ਵਾਰ ਮੇਰੀ ਬੇਟੀ ਨੂੰ ਆਪਣੀ ਗਲਤੀ ਨੂੰ ਸੁਧਾਰਨ ਦਾ ਮੌਕਾ ਤਾਂ ਦਿਓ। ਸੱਸ ਅਤੇ ਸਹੁਰਾ ਕਹਿਣ ਲੱਗੇ, ਨਹੀਂ ਅਸੀਂ ਤੇਰੀ ਧੀ ਨੂੰ ਆਪਣੇ ਘਰ ਵਿੱਚ ਨਹੀਂ ਰੱਖਣਾ। ਪਰ ਵਾਰ ਵਾਰ ਜਦੋਂ ਸੇਠ ਨੇ ਕਿਹਾ ਕਿ ਬੱਚਿਆਂ ਤੋਂ ਗਲਤੀ ਹੋ ਜਾਂਦੀ ਹੈ, ਇਸ ਤਰ੍ਹਾਂ ਨਾ ਕਰੋ, ਫਿਰ ਉਹਨਾਂ ਨੇ ਸੇਠ ਦਾ ਕਹਿਣਾ ਮੰਨ ਲਿਆ ਅਤੇ ਉਹਦੀ ਧੀ ਨੂੰ ਆਪਣੇ ਘਰ ਵਿੱਚ ਰੱਖ ਲਿਆ। ਤਾਂ ਇੱਥੇ ਸੰਗਤ ਜੀ ਗੱਲ ਯਾਦ ਰੱਖਣਾ ਇੱਕ, ਕਿ ਇਹ ਗੱਲ ਹੈ ਕਿ ਜਦੋਂ ਆਪਣੇ ਬੱਚੇ ਹੁੰਦੇ ਆ ਆਪਾਂ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਗਲਤੀਆਂ ਜਾਂ ਵੱਡੀਆਂ ਗਲਤੀਆਂ ਨਜ਼ਰ ਅੰਦਾਜ਼ ਕਰ ਦਿੰਦੇ ਹਾਂ, ਪਰ ਜਦੋਂ ਸਾਡੀਆਂ ਬੱਚੀਆਂ ਵਿਆਹੀਆਂ ਜਾਂਦੀਆਂ ਫਿਰ ਸਹੁਰੇ ਪਰਿਵਾਰ ਵਿੱਚ ਉਹਨਾਂ ਦੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਂਦਾ। ਇਸ ਕਰਕੇ ਤਾਂ ਸਿਆਣੇ ਕਹਿੰਦੇ ਆ ਆਪਣੀਆਂ ਧੀਆਂ ਨੂੰ ਚੰਗੇ ਸੰਸਕਾਰ ਦਿਓ, ਪੁੱਤਰਾਂ ਨੂੰ ਵੀ, ਕਿਉਂਕਿ ਧੀਆਂ ਨੇ ਤਾਂ ਵਿਆਹ ਕੇ ਅਗਲੇ ਘਰ ਜਾਣਾ ਹੁੰਦਾ, ਫਿਰ ਉਹਨਾਂ ਨੂੰ ਮਿਹਣੇ ਮਿਲਦੇ ਆ, ਇਹ ਮਿਹਣਿਆਂ ਤੋਂ ਬਚ ਜਾਂਦੀਆਂ ਨੇ ਉਹ। ਤਾਂ ਇਸ ਤਰ੍ਹਾਂ ਇਹ ਕਹਾਣੀ ਫਿਰ ਉਹ ਮੋਰ ਜਿਹੜਾ ਮੋਰਨੀ ਨੂੰ ਸੁਣਾ ਰਿਹਾ। ਫਿਰ ਮੋਰਨੀ ਕਹਿੰਦੀ, ਅੱਗੇ ਕੀ ਹੋਇਆ? ਫਿਰ ਸੇਠ ਨੇ ਇਸ ਤਰ੍ਹਾਂ ਆਖਿਆ ਵੀ ਇਹ 3 ਮਹੀਨੇ ਇੱਥੇ ਇਹਨੂੰ ਰੱਖ ਲਓ, ਜੇ 3 ਮਹੀਨਿਆਂ ਦੇ ਵਿੱਚ ਚਲੋ ਇਹਦਾ ਸੁਧਾਰ ਨਾ ਹੋਇਆ ਫਿਰ ਮੈਂ ਇਹਨੂੰ ਆਪਣੀ ਧੀ ਨੂੰ ਵਾਪਸ ਲੈ ਜੂੰਗਾ। ਫਿਰ ਇਹ ਕਹਾਣੀ ਅੱਗੇ ਇਸ ਤਰ੍ਹਾਂ ਅੱਗੇ ਵੱਧਦੀ ਆ, ਫਿਰ ਉੱਥੇ 3 ਮਹੀਨੇ ਰਹਿੰਦੀ ਆ ਉਹ। ਉਹਨੇ ਆਪਦੇ ਪਿਤਾ ਜੀ ਦਾ ਦੱਸਿਆ ਮੰਤਰ ਉਹ ਸੰਤਾਂ ਦੀ ਗੱਲ ਯਾਦ ਰੱਖੀ, ਹੋਇਆ 3 ਮਹੀਨੇ ਉੱਥੇ ਬਹੁਤ ਕੁਝ, ਪਰ ਉਹ ਕਿਸੇ ਨੂੰ ਕੁਝ ਬੋਲੀ ਨਹੀਂ, ਕਿਉਂਕਿ ਇਹੀ ਸੋਚਦੀ ਰਹੀ ਮੇਰੇ ਪਿਤਾ ਜੀ ਨੇ ਅਤੇ ਉਹ ਸੰਤਾਂ ਨੇ ਕਿਹਾ ਕਿ ਕੁਝ ਨਹੀਂ ਬੋਲਣਾ, ਕੋਈ ਕੁਝ ਕਹੀ ਚੱਲੇ। 90 ਦਿਨ ਉੱਥੇ ਚੁੱਪ ਰਹੀ ਆ। ਸਾਰੇ ਕਹਿਣ ਲੱਗੇ ਕਿ ਇਹ ਤਾਂ ਅੱਗੇ ਭੱਜ ਭੱਜ ਪੈਂਦੀ ਸੀ, ਕਲੇਸ਼ ਪਾਉਂਦੀ ਸੀ, ਉੱਚੀ ਉੱਚੀ ਬੋਲਦੀ ਸੀ, 5 ਦਿਨਾਂ ਵਿੱਚ ਇਹਨੇ ਇੰਨਾ ਇਹ ਬਹੁਤ ਝਗੜਾ ਖੜਾ ਕਰ ਦਿੱਤਾ ਸੀ, ਹੁਣ ਇਹਨੂੰ ਕੀ ਹੋ ਗਿਆ, ਕਿਵੇਂ ਬਦਲ ਗਈ ਅਚਨਚੇਤੇ? ਸੋਚਦੀ ਹੈ ਸੱਸ ਉਹਦੀ, ਸਹੁਰਾ ਵੀ ਸੋਚਦਾ, ਘਰ ਵਾਲਾ ਵੀ ਸੋਚਦਾ ਵੀ ਕਿਵੇਂ ਬਦਲ ਗਈ। ਉੱਥੇ ਫਿਰ 90 ਦਿਨ ਬਹੁਤ ਕੁਝ ਇਹੋ ਜਿਹਾ ਵਾਪਰਿਆ ਜਿਹਦੇ ਕਰਕੇ ਕਲੇਸ਼ ਖੜਾ ਹੋ ਸਕਦਾ ਸੀ, ਪਰ ਉਹ ਅੱਗੋਂ ਕੁਝ ਨਾ ਬੋਲਦੀ। ਇੱਕ ਵਾਰ ਉਹਦੇ ਸਹੁਰੇ ਤੋਂ ਚਾਹ ਵਾਲਾ ਕੱਚ ਦਾ ਗਲਾਸ ਵੀ ਟੁੱਟ ਗਿਆ। ਉਹਦੇ ਮਨ 'ਚ ਤਾਂ ਆਇਆ ਕਿ ਮੈਂ ਬੜਾ ਕੁਝ ਕਹਿਦਾ ਇਹਨੂੰ, ਪਰ ਉਹ ਬੋਲੀ ਨਹੀਂ। ਉਹਨੇ ਉਹ ਮੰਤਰ ਯਾਦ ਰੱਖਿਆ ਵੀ ਨਹੀਂ, ਮੈਂ 90 ਦਿਨ ਕੁਝ ਨਹੀਂ ਕਹਿਣਾ। ਇਵੇਂ ਉਹਦੀ ਆਦਤ ਪੱਕ ਗਈ ਹੌਲੀ ਹੌਲੀ, ਕਿਉਂਕਿ ਸੰਗਤ ਜੀ ਬੰਦੇ ਦੀ ਜਿਹੜੀ ਆਦਤ ਆ ਉਹ ਹੌਲੀ ਹੌਲੀ ਪੱਕਦੀ ਆ। ਅਤੇ ਜਦੋਂ 90 ਦਿਨ ਲੰਘ ਗਏ ਫਿਰ ਇਹਦਾ ਸੁਭਾਅ ਹੀ ਬਣ ਗਿਆ ਵੀ ਕੋਈ ਇਹਨੂੰ ਕੁਝ ਕਹੀ ਚੱਲੇ ਇਹਨੇ ਅੱਗੋਂ ਜਵਾਬ ਨਹੀਂ ਦੇਣਾ। ਫਿਰ ਉੱਥੇ ਸੁਖੀ ਸੁਖੀ ਵਸਣ ਲੱਗੀ। ਹੁਣ ਇਹ ਜਿਹੜੀ ਸੇਠ ਦੀ ਧੀ ਹੈ ਇਹਨੂੰ ਪਤਾ ਲੱਗ ਗਿਆ ਕਿ ਸਾਹਮਣੇ ਵਾਲਾ ਬੋਲ ਰਿਹਾ, ਮੈਨੂੰ ਗਾਲਾਂ ਵੀ ਭਾਵੇਂ ਦੇ ਰਿਹਾ, ਜੇ ਮੈਂ ਨਹੀਂ ਲੈ ਰਹੀ ਤਾਂ ਮੇਰੇ ਤੱਕ ਨਹੀਂ ਪਹੁੰਚ ਰਹੀ। ਇੱਕ ਚੁੱਪ ਅਤੇ 1000 ਸੁੱਖ, 100 ਸੁੱਖ ਨਹੀਂ, ਇਹਨੂੰ ਪਤਾ ਲੱਗ ਗਿਆ। ਇਸ ਤਰ੍ਹਾਂ ਇਹਨੇ ਸਬਰ ਨਾਲ ਉੱਥੇ ਜ਼ਿੰਦਗੀ ਕੱਢੀ। ਇਹ ਵੀ ਸਿਆਣੇ ਕਹਿੰਦੇ ਆ ਕਿ ਘੱਟ ਬੋਲੋ ਵੱਧ ਸੁਣੋ, ਤੁਹਾਨੂੰ ਬਹੁਤ ਸਾਰਾ ਗਿਆਨ ਇਵੇਂ ਹਾਸਲ ਹੁੰਦਾ, ਕਿਉਂਕਿ ਬੋਲਣ ਨਾਲ ਸਿਰਫ ਅਸੀਂ ਉਹੀ ਜਾਂ ਬੋਲ ਸਕਦੇ ਹਾਂ ਜਿਹੜੀਆਂ ਚੀਜ਼ਾਂ ਸਾਨੂੰ ਪਤਾ ਹੁੰਦੀਆਂ, ਸੁਣਨ ਨਾਲ ਸਾਨੂੰ ਨਵੀਆਂ ਚੀਜ਼ਾਂ ਦਾ ਪਤਾ ਲੱਗਦਾ, ਗਿਆਨ 'ਚ ਵਾਧਾ ਹੁੰਦਾ ਸਾਡੇ। ਫਿਰ ਉੱਥੇ ਤਾਂ ਇਹ ਜਿਹੜੀ ਸੇਠ ਦੀ ਧੀ ਆ, ਆਹ ਮੰਤਰ ਸੰਤਾਂ ਦਾ ਮੰਤਰ ਸੀ, ਮੰਤਰ ਕਿਹੜਾ ਸੀ, ਇਹ ਤਾਂ ਇੱਕ ਤਰੀਕਾ ਸੀ ਆਦਤ ਬਣਾਉਣ ਦਾ, ਸਮਝਾਉਣ ਦਾ।
ਫਿਰ ਉੱਥੇ ਸਮਝ ਗਈ, ਸੁਖੀ ਵਸਣ ਲੱਗ ਗਈ। ਸਾਰਿਆਂ ਦਾ ਦਿਲ ਨੇ ਜਿੱਤ ਲਿਆ, ਸੱਸ ਦਾ ਵੀ ਦਿਲ ਜਿੱਤ ਲਿਆ। ਜਦੋਂ ਅੱਗੇ ਬੋਲੀ ਨਾ ਉਹਦੇ ਸੱਸ ਦੇ, ਸਹੁਰੇ ਦੇ ਅੱਗੇ ਨਹੀਂ ਬੋਲੀ, ਘਰ ਵਾਲੇ ਦੇ ਅੱਗੇ ਨਹੀਂ ਬੋਲੀ, ਸਾਰੇ ਉਹਨੂੰ ਚੰਗੀ ਚੰਗੀ ਕਹਿਣ ਲੱਗੇ। ਇਵੇਂ ਉੱਥੇ ਵਸਣ ਲੱਗ ਗਈ, ਸੇਠ ਵੀ ਸੌਖਾ ਹੋ ਗਿਆ, ਉਹਦਾ ਪਰਿਵਾਰ ਵੀ, ਇਹ ਵੀ ਪਰਿਵਾਰ ਵਸ ਗਿਆ। ਦੇਖੋ ਜੀ, ਜਦੋਂ ਦੋ ਘਰਾਂ 'ਚ ਝਗੜਾ ਹੁੰਦਾ ਅਤੇ ਦੋ ਘਰ ਹੀ ਔਖੇ ਹੁੰਦੇ ਆ ਨਾ, ਤਾਂ ਕਈ ਦਿਲ ਟੁੱਟਦੇ ਆ। ਇੱਕ ਘਰ ਜਦੋਂ ਟੁੱਟਦਾ, ਕਈ ਦਿਲ ਟੁੱਟਦੇ ਆ। ਇਹ ਚੀਜ਼ ਸੋਚਣ ਦੀ ਲੋੜ ਆ ਸਾਨੂੰ। ਇਸ ਕਰਕੇ ਵਿਦਵਾਨ ਕਹਿੰਦੇ ਆ, ਤਲਾਕ ਲੈਣਾ ਤਾਂ ਦੂਰ ਦੀ ਗੱਲ, ਤਲਾਕ ਦਾ ਨਾਮ ਸ਼ਬਦ ਜਿਹੜਾ ਮੂੰਹ 'ਤੇ ਆਉਣਾ ਨਹੀਂ ਚਾਹੀਦਾ ਸਾਡੇ। ਇਹ ਗੱਲ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ। ਦੇਖੋ ਜੀ, ਲਾਡ ਪਿਆਰ ਬੱਚਿਆਂ ਨੂੰ ਕਰਨਾ ਜ਼ਰੂਰੀ ਆ, ਪਰ ਇੰਨਾ ਵੀ ਨਾ ਕਰੋ ਕਿ ਉਹ ਇੰਨੇ ਵਿਗੜ ਜਾਣ, ਗਾਂਹ ਵਾਲੇ ਪਰਿਵਾਰ ਵਿੱਚ ਜਾ ਕੇ ਉਹ ਕੁਝ ਕਰਨ ਹੀ ਨਾ। ਬੱਚਿਆਂ ਨੂੰ ਲਾਡ ਵੀ ਕਰੋ, ਘੂਰੋ ਵੀ। ਇਹ ਸਾਰੀ ਗੱਲ ਸੱਚ ਆ ਵੀ ਮਾਂ ਪਿਓ ਤੋਂ ਵੱਧ ਕੇ ਕੋਈ ਸਾਨੂੰ ਪਿਆਰ ਨਹੀਂ ਕਰ ਸਕਦਾ, ਪਰ ਸਹੁਰੇ ਪਰਿਵਾਰ ਵੀ ਪਿਆਰ ਕਰਦੇ ਹੁੰਦੇ ਆ, ਐਸੀ ਗੱਲ ਨਹੀਂ। ਪਰ ਹਾਂ, ਇਹ ਸੱਚ ਆ ਵੀ ਉਹ ਮਾਂ ਪਿਓ ਜਿੰਨਾ ਪਿਆਰ ਨਹੀਂ ਕਰ ਸਕਦੇ। ਇਸ ਕਰਕੇ ਜਦੋਂ ਵੀ ਆਪਣੀਆਂ ਧੀਆਂ ਨੂੰ ਸਹੁਰੇ ਪਰਿਵਾਰ ਵਿੱਚ ਭੇਜਣਾ, ਉਸ ਤੋਂ ਪਹਿਲਾਂ ਹੀ ਬਚਪਨ ਤੋਂ ਹੀ ਉਹਨਾਂ ਨੂੰ ਸੰਸਕਾਰ ਇਹੋ ਜਿਹੇ ਦਿਓ ਵੀ ਉਹਨਾਂ ਦਾ ਵੀ ਸਿਰ ਉੱਚਾ ਹੋਵੇ ਅਤੇ ਤੁਹਾਡਾ ਵੀ ਸਿਰ ਉੱਚਾ ਹੋਵੇ। ਕਿਤੇ ਇਹੋ ਜਿਹੀ ਗਲਤੀ ਨਾ ਕਰ ਦੇਣ ਵੀ ਤੁਹਾਡਾ ਸਿਰ ਨੀਵਾਂ ਹੋ ਜੇ। ਨਿੱਕੀਆਂ ਨਿੱਕੀਆਂ ਗੱਲਾਂ ਬਹੁਤ ਅਸਰ ਕਰਦੀਆਂ ਨੇ ਜ਼ਿੰਦਗੀ ਵਿੱਚ। ਤਾਂ ਫਿਰ ਇਹ ਜਦੋਂ ਆਪਾਂ ਵੇਖਦੇ ਹਾਂ ਕਿ ਬੱਚਿਆਂ ਨੂੰ ਦੁੱਖ ਹੁੰਦਾ, ਮਾਂ ਪਿਓ ਵੀ ਪਹਿਲਾਂ ਦੁਖੀ ਹੁੰਦੇ ਆ, ਬੱਚੇ ਦੁਖੀ ਹੁੰਦੇ ਆ, ਹੰਝੂ ਮਾਂ ਪਿਓ ਦੀ ਅੱਖ ਵਿੱਚੋਂ ਨਿਕਲਦੇ ਆ, ਮਾਂ ਦੀ ਪਿਤਾ ਦੀ ਅੱਖਾਂ ਸਿੱਲੀਆਂ ਹੋ ਜਾਂਦੀਆਂ ਜਦੋਂ ਧੀਆਂ ਨੂੰ ਦੁੱਖ ਮਿਲਦਾ। ਇਹ ਚੀਜ਼ ਆਪਾਂ ਕਹਿੰਦੇ ਹਾਂ ਵੀ ਧੀ ਸੁਖੀ ਆ ਅਤੇ ਸਾਨੂੰ ਵੀ ਸੁੱਖ ਮਿਲਦਾ, ਸਾਨੂੰ ਹੋਰ ਕੀ ਚਾਹੀਦਾ। ਫਿਰ ਇਸ ਤਰ੍ਹਾਂ ਇਹ ਕਹਾਣੀ ਜਿਹੜੀ ਆ, ਮੋਰ ਨੇ ਮੋਰਨੀ ਨੂੰ ਸੁਣਾ ਕੇ ਤਿੰਨ ਗੱਲਾਂ ਯਾਦ ਰੱਖਣ ਵਾਸਤੇ ਕਹੀਆਂ। ਮੋਰ ਮੋਰਨੀ ਨੂੰ ਕਹਿੰਦਾ, ਮੇਰੀਆਂ ਤਿੰਨ ਗੱਲਾਂ ਯਾਦ ਰੱਖਣਾ। ਸਭ ਤੋਂ ਪਹਿਲਾਂ, ਬਹੁਤੇ ਲਾਡ ਨਾਲ ਬੱਚੇ ਵਿਗੜ ਜਾਂਦੇ ਆ ਅਤੇ ਲਾਡਲੇ ਅਕਸਰ ਵਿਗੜੇ ਹੁੰਦੇ ਆ, ਅਤੇ ਜਿਹੜੇ ਬੱਚਿਆਂ ਨੂੰ ਆਪਾਂ ਬਹੁਤਾ ਲਾਡ ਕਰਦੇ ਹਾਂ ਉਹ ਵਿਗੜ ਜਾਂਦੇ ਆ। ਲਾਡ ਦੇ ਨਾਲ ਘੂਰ ਵੀ ਬਹੁਤ ਜ਼ਰੂਰੀ ਆ। ਦੂਜੀ ਗੱਲ, ਜਦੋਂ ਆਪਾਂ ਕਿਸੇ ਪੁੱਤ ਨੂੰ, ਆਪਣੇ ਧੀਆਂ ਨੂੰ, ਪੁੱਤਰਾਂ ਨੂੰ ਪੈਸਾ ਦੇ ਦਿੰਦੇ ਹਾਂ ਖੁੱਲ੍ਹਾ, ਉਹਦੇ ਨਾਲ ਪੁੱਤ ਵਿਗੜ ਜਾਂਦੇ ਆ। ਅਤੇ ਤੀਜੀ ਗੱਲ, ਜਦੋਂ ਆਪਾਂ ਆਪਣੇ ਘਰ ਦਾ ਭੇਤ ਦੂਜਿਆਂ ਬਾਹਰਲਿਆਂ ਨੂੰ ਦੇਣ ਲੱਗ ਜਾਂਦੇ ਹਾਂ, ਉਦੋਂ ਸਾਡੇ ਘਰ ਦੀ ਹਾਲਤ ਖਰਾਬ ਹੋ ਜਾਂਦੀ ਆ, ਵੱਡਾ ਘਾਟਾ ਪੈ ਜਾਂਦਾ। ਮੋਰ ਨੇ ਮੋਰਨੀ ਨੂੰ ਇਹ ਤਿੰਨ ਗੱਲਾਂ ਦੱਸੀਆਂ। ਮੋਰਨੀ ਨੇ ਕਿਹਾ, ਬਹੁਤ ਸੁੰਦਰ ਕਹਾਣੀ ਸੀ, ਅੱਜ ਤੋਂ ਬਾਅਦ ਮੈਂ ਸਾਰੀਆਂ ਗੱਲਾਂ ਚੇਤੇ ਰੱਖਾਂਗੀ। ਤਾਂ ਗੁਰੂ ਪਿਆਰਿਓ, ਇਹ ਛੋਟੀ ਜਿਹੀ ਕਹਾਣੀ ਇਹੋ ਜਿਹੀ ਆ ਜਿਹੜੀ ਤੁਸੀਂ ਆਪਣੇ ਬੱਚਿਆਂ ਦੇ ਨਾਲ ਜ਼ਰੂਰ ਸਾਂਝੀ ਕਰਿਓ, ਆਪਣੇ ਦੋਸਤਾਂ ਨੂੰ ਵੀ ਜ਼ਰੂਰ ਭੇਜਿਓ। ਗੁਰੂ ਸਾਹਿਬ ਰਹਿਮਤ ਕਰਨ, ਸਰਬੱਤ ਸੰਗਤਾਂ ਦਾ ਭਲਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।